ਅਪ ਕਰ ਦੋ ਔਰ ਜਿਹੜੀ ਇੱਕੋ ਬੰਦ ਕਰ ਲੈ ਲਓ। ਪਹਿਲੀ ਕਬੱਡੀ ਵਸੀਮ ਭੱਟੀ ਮੇਰੇ ਵੀਰੋ, ਇਸ ਵੇਲੇ ਵਸੀਮ ਭੱਟੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ, ਪੂਰੇ ਚਾਰ ਜਾਫੀ ਨੇ। ਇੱਧਰ ਵੇਖ ਲਓ, ਕਹਿੰਦੇ ਮੁੰਡਾ ਕੰਨੀ ਤੋਂ ਫੜਨ ਦੀ ਕੋਸ਼ਿਸ਼ ਕਰਦਾ। ਵਸੀਮ ਭੱਟੀ ਮੇਰੇ ਵੀਰੋ ਤਕੜਾ ਅੰਕੜਾ ਆਪਣੀ ਟੀਮ ਦੇ ਖਾਤੇ ਜੋੜ ਚੁੱਕਿਆ। ਲਓ ਅਗਲੀ ਕਬੱਡੀ ਵੇਖਦੇ ਆ, ਇਹਨੂੰ ਨੌਜਵਾਨ ਨੂੰ ਕਹਿੰਦੇ ਨਾਸਰ ਜੱਟ। 223 ਪਿੰਡ ਧੁੱਪ ਸੜੀ, ਧਰਤੀ ਮਾਂ ਨੂੰ ਮੱਥਾ ਟੇਕ ਕੇ ਚਾਰ ਜਾਫੀਆਂ ਦੇ ਵਾਰ ਕਰਦਾ। ਇੱਕ ਕੰਨੀ ਤੇ ਕਾਮਰਾਨ ਪਾਟਾ, ਔਰ ਵੇਖਦੇ ਆ ਮੇਰੇ ਵੀਰੇ ਅਸਲੇ ਪਾਟੇ ਨਾਲ ਮੁਕਾਬਲਾ ਹੋ ਗਿਆ। ਆ ਬੱਲੇ ਬੱਲੇ ਮੁੰਡਾ ਘਿਰਾਉਂਦਾ ਹੋਇਆ ਮੈਦਾਨ ਦੇ ਵਿੱਚ। ਇੱਧਰ ਲਾਲਾ ਤਨਵੀਰ ਕੰਬੋਜ ਸਾਹਿਬ ਲੋਪੋਗੀ ਤੋਂ ਆਪਣੇ ਕਲੱਬ ਨੂੰ ਲੈ ਕੇ ਪਹੁੰਚੇ ਆ, ਉਹਨਾਂ ਨੂੰ ਵੀ ਵੈਲਕਮ ਆ ਦੋਨੋਂ ਜਾਨੋ ਜੀ ਆਇਆਂ ਨੂੰ ਕਹਿੰਦੇ ਆ। ਲੱਖ ਮੁਬਾਰਕਾਂ ਦੇ ਹੱਕਦਾਰ ਨੇ, ਉਹਨੇ ਜਨਾਬ ਆਪਣੀ ਟੀਮ ਨੂੰ ਲੈ ਕੇ ਸਾਡੇ ਮੈਦਾਨ ਦੇ ਵਿੱਚ ਪਹੁੰਚ ਚੁੱਕੇ ਆ। ਥਾਲਵੀ ਸ਼ੇਰਾ ਪਾਸ ਜਵਾਨਾ ਕਬੱਡੀ ਦੇਖ ਲਓ, ਕਹਿੰਦੇ ਕਬੱਡੀ ਦਾ ਮੁੱਲ ਹਜ਼ਾਰਾਂ ਰੁਪਈਆ ਪੈ ਰਿਹਾ ਅੱਜ ਮੇਰੇ ਵੀਰੋ। ਇਹ ਰਾਜਚੱਕ ਦੀ ਧਰਤੀ ਜਿੱਥੇ ਨਸ਼ਿਆਂ ਦੇ ਖਿਲਾਫ ਇਸ ਵੇਲੇ ਜਿਹਾਦ ਸ਼ੁਰੂ ਹੋ ਗਿਆ ਕਬੱਡੀ ਦੀ ਸ਼ਕਲ ਦੇ ਵਿੱਚ। ਉੱਧਰ ਮੁੰਡੇ ਨੇ 2 ਨੰਬਰ ਤੋਂ ਨਿਕਲ ਕੇ ਜੱਫਾ ਲਾਇਆ ਹੋਇਆ, ਆ ਬੱਲੇ ਬੱਲੇ ਕਰਾਉਂਦਾ, ਖਾਲੇ ਬੱਦਲ ਦਾ ਇਸ਼ਾਰੇ ਦਾ ਇੰਤਜ਼ਾਰ ਆ। 30 ਸਕਿੰਟ ਦਾ ਮੇਰੇ ਲਈ ਸਮਾਂ ਚੱਲਦਾ ਹੋਇਆ, ਖਾਲੇ ਬੱਦਲ ਨੇ ਉਂਗਲੀ ਕਰਕੇ ਦੱਸਿਆ ਕਿ ਪੁਆਇੰਟ ਜਾਫੀ ਦਾ। ਚੱਲ ਵੀ ਨੌਜਵਾਨਾਂ ਪਾਸ ਸਾਰੇ ਕਬੱਡੀ, ਉੱਧਰ ਸਾਡੇ ਜਨਾਬ ਘੁੰਮਣ ਕਬੱਡੀ ਕਲੱਬ ਪੰਜਾਬ ਚੱਕ ਦੇ ਕੋਚ ਭਾਈ ਮਨਵਰ ਜੱਟ ਸਾਹਿਬ ਹੋਣੇ। ਲਓ ਮੇਰੇ ਵੀਰੋ, ਇਸ ਵੇਲੇ ਨੌਜਵਾਨੇ ਧਾਵਾ ਬੋਲਿਆ, ਅਗਲੀਆਂ ਟੀਮਾਂ ਬਿਲਕੁਲ ਤਿਆਰ ਰਹਿਣ। ਅੱਜ ਸੁਬਾਹ ਸਾਦਿਕ ਸਾਹਿਬ ਸਾਨੂੰ 2 ਮਿੰਟ ਬਾਅਦ ਟੀਮਾਂ ਦੱਸੀ ਜਾਇਓ ਤੁਸੀਂ। ਕਾਮਰਾਨ ਪਾਟਾ ਮੁੰਡਾ ਖੇਡ ਮੈਦਾਨ ਦੇ ਵਿੱਚ ਗੁੱਟ ਫੜਿਆ ਹੋਇਆ, ਰਿਸ਼ਵਤ ਗੁੱਜਰ ਸਾਹਿਬ ਕਹਿੰਦਾ ਗੁੱਟ ਮੇਰਾ ਘੁੱਟ ਕੇ ਫੜ ਲਈ ਵੇ, ਉਹ ਮੈਂ ਵੀ ਤੇਰੀ ਬਾਂਹ ਵੀ ਤੇਰੀ, ਕਾਲੀ ਭੂਰੀ ਬੱਛੀ ਵਾਲੀ ਉਹ ਸੱਜਰ ਸੂਈ ਬਾਂਹ ਵੀ ਤੇਰੀ, ਗੁੱਟ ਮੇਰਾ ਘੁੱਟ ਕੇ ਫੜ ਲਈ ਵੇ, ਮੈਂ ਵੀ ਤੇਰੀ ਬਾਂਹ ਵੀ ਤੇਰੀ। ਚੱਲ ਵੀ ਢੋਲਾ ਗੁੱਜਰ ਨੌਜਵਾਨ ਦੀ ਧਰਤੀ 203 ਖੇਤਰ ਵਾਲੇ ਅੱਡੇ ਨੂੰ ਬਿਲੋਂਗ ਕਰਦੀ ਆ। ਆ ਵੇਖੋ ਮੋਰੇ ਵੱਡਖਾਣਾ ਜਾਫੀ, ਇਸ ਵੇਲੇ ਮੁਕਾਬਲਾ ਦੋਨਾਂ ਦਾ ਬਰਾਬਰ ਆ, ਇੱਕੋ ਜਿਹੇ ਕੱਦ ਕਾਠ ਆ ਔਰ ਇੱਕੋ ਜਿਹੀ ਜਵਾਨੀ ਆ ਮੇਰੇ ਵੀਰੋ। ਖਾਲੇ ਬੱਦਲ ਦਾ ਇਸ਼ਾਰਾ ਤੇ ਪੁਆਇੰਟ ਧਾਵੀ ਦੇ ਖਾਤੇ ਆ। ਚੱਲ ਵੀ ਨਾਸਰ ਜੱਟ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਪਾਉਂਦਾ। ਇੱਧਰ ਇਨਸ਼ਾਲਾ ਸਾਡੇ ਨਾਲ ਕਮੈਂਟਰੀ ਦੇ ਬੋਲ ਸਾਂਝੇ ਕਰਨ ਵਾਸਤੇ ਫੈਸਲਾਬਾਦ ਤੋਂ ਮੇਰੇ ਨਿੱਕਾ ਵੀਰ ਬਿੱਲਾ ਭੱਟੀ, ਉਹ ਵੀ ਇਸ ਮੈਦਾਨ ਦੇ ਵਿੱਚ ਆ। ਇਨਸ਼ਾਲਾ ਅਸੀਂ ਦੋਨੇ ਰਲ ਮਿਲ ਕੇ ਆਪਣੇ ਇਹਨਾਂ ਪੱਲੇਰਾਂ ਨੂੰ ਹਲਾਸ਼ੇਰੀ ਦੇਵਾਂਗੇ। ਲਓ ਵਸੀਮ ਭੱਟੀ ਅਗਲੀ ਕਬੱਡੀ ਪਾਉਂਦਾ ਮੇਰੇ ਵੀਰੋ, ਇਹ 478 ਤਾਰੇ ਗੁਜਰਦਾ ਛਗਿਰਦਾ ਔਰ ਲੈ ਕੇ ਇਸ ਵੇਲੇ ਸਾਡਾ ਵੀਰ ਨਿੱਕਾ ਸਾਹਿਬ ਪਹੁੰਚੇ ਨੇ ਇਹਨਾਂ ਨੂੰ ਖੇਡ ਮੈਦਾਨ ਵਿੱਚ। ਇਸ ਵੇਲੇ ਮੇਰੇ ਵੀਰੋ ਵਸੀਮ ਭੱਟੀ ਪੁਆਇੰਟ ਦਾ ਵਾਧਾ ਕਰ ਚੁੱਕਿਆ, ਇਹ ਨਿੱਕੇ ਦਾ ਲਾਡਲਾ ਸ਼ਗਿਰਦਾ ਮੁੰਡਾ। ਲਓ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਨੌਜਵਾਨ ਦਾ ਬੋਲਿਆ ਹੋਇਆ ਧਾਵਾ। ਲਓ ਕਹਿੰਦੇ ਇਹ ਮੈਚ ਲਾਈਵ ਦਿਖਾਇਆ ਜਾ ਰਿਹਾ, ਫੇਸਬੁੱਕ ਦਾ ਪੇਜ ਆ ਪੰਜਾਬੀਆਂ ਦੇ ਰੰਗ, ਉਹਦੇ ਉੱਤੇ ਇਹ ਮੈਚ ਜਿਹੜਾ ਲਾਈਵ ਟੈਲੀਕਾਸਟ ਕਰਨਾ। ਯਾਰਾ ਪਰਲੇ ਬੰਦੇ ਇੱਥੇ ਕੋਈ ਦੇਖ ਖੁੱਲਣ ਵਾਲੀ ਅੱਗਾ ਜੋ ਘੁੰਮਣ ਸਾਹਿਬ ਇਹਨਾਂ ਦੀ ਮਿਹਨਤ ਕਰਿਓ ਆਪਣੇ ਪਲੇ, ਜਿਹਦੇ ਵੀ ਹੈਗੇ ਮਿਹਨਤ ਕਰ ਲਓ ਇਹਨਾਂ ਦੀ। ਬਹਿ ਜਾਓ ਯਾਰ, ਜਿਹਨੇ ਕੌਡੀ ਨਹੀਂ ਪਾਉਣੀ ਮੇਰੇ ਵੱਲ। 11 ਪਲੇਅਰ ਤੇ 12 ਨਾਲ ਸਟੱਪਣੀਆਂ, ਸਾਡਾ ਕੀ ਕਸੂਰ ਹੈ। ਜੇ
ਹਾਂਜੀ ਚੌਧਰੀ ਅਫਜ਼ਲ ਕੰਬੋ ਮੈਮੋਰੀਅਲ ਕਬੱਡੀ ਟੂਰਨਾਮੈਂਟ ਰਾਜ ਚੱਕ ਦੇ ਧਰਤੀ ਤੇ ਸਜਿਆ। ਉਧਰ ਚੌਧਰੀ ਅਫਜ਼ਲ ਕੰਬੋ ਸਾਹਿਬ ਦੇ ਬ੍ਰਦਰ ਚੌਧਰੀ ਅਹਿਮਦ ਕੰਬੋ ਸਾਹਿਬ ਸਟੇਜ ਦੇ ਉੱਤੇ ਮੇਰੇ ਵੀਰੇ ਇਸ ਵੇਲੇ ਪੱਪਾ ਭਾਰ ਨੇ ਔਰ ਸਮਾਜੀ ਰਹਿਨਮਾ ਗਿੱਲ ਬਰਾਦਰਾਂ ਨੂੰ ਉਹਨਾਂ ਦੇ ਬੜੇ ਵੱਡੇ ਸਪੋਰਟਰ ਨੇ। ਇਸ ਵੇਲੇ ਜਨਾਬ ਉਹਨਾਂ ਵੱਲੋਂ 500 ਰੁਪਏ ਸਾਡੇ ਵਾਸਤੇ ਇਨਾਮ ਆ। ਮੈਂ ਸ਼ੁਕਰੀਆ ਅਦਾ ਕਰਦਾ। ਲਓ ਅਗਲੀ ਕਬੱਡੀ ਢੋਲਾ ਗੁੱਜਰ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਆਓ ਵੇਖ ਮੁੰਡਾ ਕਹਿੰਦੇ 150 ਦੀ ਸਪੀਡ ਤੇ ਆਉਂਦਾ ਪੁਆਇੰਟ ਰੇਡਰ ਦੇ ਖਾਤੇ ਜਾ ਜੁੜਿਆ। ਚੱਲ ਵੀ ਨਾਸਰ ਜੱਟ ਪਾਸ ਸੋਹਣਿਆ ਕਬੱਡੀ ਕਹਿੰਦੇ ਕਬੱਡੀ 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 ਕਰਦਾ ਮੁੰਡਾ ਚਾਰ ਜਾਫੀਆਂ ਦੇ ਵਿੱਚ ਖੜਾ ਹੋਇਆ। ਮੋਰੇ ਕਾਮਰਨ ਪਾਡੇ ਵਰਗੇ ਖੂਨ ਖੁਆਰ ਜਾਫੀ ਆ ਪਰ ਆਹ ਵੇਖ ਲਓ ਕੰਨੀ ਤੇ ਮੁੰਡੇ ਨੇ ਇਸ ਵੇਲੇ ਨੌਜਵਾਨੇ ਗੁੱਟ ਫੜਾ ਹੋਇਆ ਕਹਿੰਦਾ ਛੱਡਦੇ ਅੜਿਆ ਮੇਰੀ ਬਾਂ ਉਹ ਘਰ ਵਾਜਾ ਮਾਰਦੀ ਆ ਮੈਨੂੰ ਮੇਰੀ ਮਾਂ ਘਰ ਵਾਜਾ ਮਾਰਦੀ ਆ ਮੈਨੂੰ ਮੇਰੀ ਮਾਂ ਅਵੈਸ ਮੋਟੀ ਮਾਂ। ਚੱਲ ਵੀ ਵਸੀਮ ਭੱਟੀ ਤੇਰਾ ਉਸਤਾਦ ਵੀ ਅੱਜ ਪੂਰਾ ਪੱਪਾ ਭਾਰਾ ਨਿਕਾ ਮੁਕਤਾਨ ਦੇ ਵਿੱਚ ਕਬੱਡੀ ਪਈ ਹੋਈ ਆ ਮੁੰਡੇ ਦੀ ਦੋ ਅੱਖਾਂ ਦੇ ਨਾਲ ਅੱਖ ਅੱਖਾਂ ਦਾ ਮੁਕਾਬਲਾ ਦੇਖਦੇ ਆ ਕਦੇ ਚਾਰ ਜਾਫੀ ਖੜੇ ਨੇ। ਉੱਧਰ ਵੇਖੋ ਸਾਡੇ ਵੀਰ ਅਰਸਲਾਨ ਕੰਬੋ ਸਾਹਿਬ ਜਿਹੜੇ ਪ੍ਰੈਜੀਡੈਂਟ ਨੇ ਕਬੱਡੀ ਟੂਰਨਾਮੈਂਟ ਦੇ ਅਸੀਂ ਉਹਨਾਂ ਦੇ ਵਾਲਦੇ ਮੋਹਤਰਮ ਦੇ ਨਾਂ ਤੇ ਉਹਨਾਂ ਦੀਆਂ ਯਾਦਾਂ ਨੂੰ ਜ਼ਿੰਦਾ ਕਰਨ ਵਾਸਤੇ ਇਹ ਮਾਂ ਖੇਡ ਕਬੱਡੀ ਦਾ ਅਜ਼ੀਮੋ ਸ਼ਾਨ ਟੂਰਨਾਮੈਂਟ ਮੁਨਕਦ ਕਰਵਾਇਆ ਗਿਆ। ਇੱਧਰ ਮੁੰਡਾ ਇਸ ਵੇਲੇ ਠੀਕ ਨੌਜਵਾਨ ਲੱਗਾ ਹੋਇਆ ਅਗਲੀ ਕਬੱਡੀ ਨੌਜਵਾਨ ਮੇਰੇ ਵੀਰੋ ਨੌਜਵਾਨ ਹਲਕੇ ਝੁਕ ਕੇ ਪਾਈ ਆ ਕਬੱਡੀ ਦੇਖ ਲੈ ਸੁਬਾ ਸਾਦਕ ਸਾਹਿਬ ਤੁਹਾਡੀਆਂ ਮਿਹਨਤਾਂ ਰੰਗ ਲੈ ਕੇ ਆਈਆਂ। ਇਸ ਵੇਲੇ ਪੂਰਾ ਗਰਾਊਂਡ ਸਜਿਆ ਜਿਵੇਂ ਕਹਿੰਦੇ ਦੁਲਹਨ ਸਜੀ ਹੁੰਦੀ ਆ ਪੁਆਇੰਟ ਜਿਹੜਾ ਭਾਵੀ ਦੇ ਖਾਤੇ ਜੁੜਿਆ। ਲਓ ਅਗਲੀ ਕਬੱਡੀ ਦੇ ਉੱਤੇ ਉੱਚੇ ਲੰਮੇ ਕੱਦ ਕਾਟਦਾ ਗੱਭਰੂ ਮੈਦਾਨ ਵਿੱਚ ਕਬੱਡੀ ਪਾਉਂਦਾ ਤਫੀਕ ਗੁੱਜਰ ਮੁੰਡਾ ਮੂਹਰੇ ਹੋਇਆ ਇਸ ਵੇਲੇ ਛੋਟੀ ਉਮਰ ਦੇ ਵਿੱਚ 170 ਸੀਸੀ ਮੋਟਰਸਾਈਕਲ ਮੁੰਡੇ ਦੇ ਸੋਹਣੇ ਜੱਫਿਆਂ ਤੋਂ ਇਨਾਮ ਦਿੱਤਾ ਗਿਆ। ਚੌਧਰੀ ਇਮਰਾਨ ਸਾਹਿਬ USA ਵਾਲੇ ਉਹਨਾਂ ਨੇ ਇੱਕ ਮੋਟਰਸਾਈਕਲ 70 ਨੂੰ ਇਨਾਮ ਦਿੱਤਾ। ਲਓ ਅਗਲੀ ਕਬੱਡੀ ਢੋਲਾ ਗੁੱਜਰ ਖੇਡ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਗੁੱਜਰਾਂ ਦੀਆਂ ਅੱਖਾਂ ਦਾ ਤਾਰਾ ਮੇਰੇ ਵੀਰੋ ਵੇਟ ਦੇ ਟੂਰਨਾਮੈਂਟ ਵਿੱਚ ਮੁੰਡਾ ਥੰਮ ਗਿਣਿਆ ਜਾਂਦਾ। ਉੱਧਰ ਵੀ ਜਾਫੀ ਬੜਾ ਕਲੱਕਣ ਚੜ ਗਿਆ ਦਾਣਾ ਪਾਣੀ ਲਾ ਕੇ ਮਗਰ ਕਹਿੰਦਾ ਬਾਜਾ ਮੇਰੇ ਕੋਲ ਤੈਨੂੰ ਤੱਕਦਾ ਰਵਾਂ ਛੱਡ ਦੇ ਕਹਿੰਦਾ ਛੱਡ ਦੇ ਸੋਹਣਿਆ ਪੁਆਇੰਟ। ਚੱਲ ਵੀ ਨਾਸਰ ਜੱਟ ਪਾਸ ਸੋਹਣਿਆ ਕਬੱਡੀ ਮੈਦਾਨ ਦੇ ਵਿੱਚ ਮੇਰੇ ਵੀਰੋ ਇਸ ਵੇਲੇ ਨਾਸਰ ਜੱਟ ਕਾਮਰਾਨ ਪਾਡਾ ਕਹਿੰਦੇ ਐਵੇਂ ਲੱਕ ਤੇ ਚੁੱਕਿਆ ਜਿਵੇਂ ਜੱਟ ਜ਼ਿਮੀਂਦਾਰ ਖਾਦ ਦੀ ਬੋਰੀ ਚੁੱਕਦਾ ਬੱਲੇ ਬੱਲੇ ਹੋ ਗਈ ਆ। ਜੇ ਸਵਾਦ ਆਇਆ ਤੇ ਮੇਰੇ ਵੀਰੋ ਤਾੜੀ ਮਾਰ ਦਿਓ ਜੇ ਸਵਾਦ ਆਇਆ ਤੇ ਤਾੜੀ ਮਾਰ ਦਿਓ ਐ ਮਾਰ ਵਾਲਿਓ ਤਾੜੀ ਵੀ ਮਾਰਿਆ ਕਰੋ ਸਦਕੇ। ਇਸ ਵੇਲੇ ਜ਼ੋਰ ਅਜ਼ਮਾਉਂਦਾ ਹੋਇਆ ਨਾਸਰ ਜੱਟਣਾ ਪਲਟਣਾ ਪਲਟ ਕਰ ਜੱਟਣਾ ਉਹ ਲਹੂ ਗਰਮ ਰੱਖਣੇ ਕਾ ਇੱਕ ਹੈ ਬਹਾਨਾ ਪੁਆਇੰਟ ਨਾਸਰ ਜੱਟ ਦੀ ਝੋਲੀ ਵਿੱਚ ਪਿਆ। ਚੱਲ ਵੀ ਵਸੀਮ ਭੱਟੀ ਪਾ ਸੋਹਣਿਆ ਕਬੱਡੀ ਕਹਿੰਦਾ ਰੀਸ ਚੰਗੀ ਨਹੀਂ ਪੁੱਤਰਾ ਨਸ਼ੇ ਤੇ ਆਤਿਆਂ ਦੀ ਕਰ ਸੰਭਾਲ ਖੁਰਾਕਾਂ ਖਾਦ
ਵਿਰੋਧੀਆਂ ਦੀ ਮਾਰ ਡੰਡ ਬੈਠ ਕੇ ਕੱਢ ਖੂਬ ਪਸੀਨੇ ਉਹ ਕਾਵਾਂ ਦੇ ਨਾਲ ਕਦੇ ਨਹੀਂ ਉੱਡਦੇ ਕਬੂਤਰ ਚੀਨੇ ਪਲੈਟ ਜਾਫੀ ਦੇ ਖਾਤੇ ਜੁੜਿਆ ਅਗਲੀ ਕਬੱਡੀ ਮੁੰਡਾ ਇਸ ਵੇਲੇ ਨੌਜਵਾਨ ਪਾਉਂਦਾ ਲਓ ਜੀ ਹਾਂਜੀ ਇਸ ਵੇਲੇ ਨੌਜਵਾਨ ਮੁਨਵਰ ਜੱਟ ਦਾ ਸ਼ਿਗਿਰਦ ਮੂਹਰੇ ਹੋਇਆ ਬੱਲੇ ਉਹ ਬੱਲੇ ਮੇਰੀ ਸਭ ਮੋਟੀ ਤੇਰੀਆਂ ਪੁਆਇੰਟ ਮੋਟੀ ਨੇ ਜੋੜਿਆ ਘੁੰਮਣ ਕਬੱਡੀ ਕਲੱਬ ਪੰਜਾਬ ਦੇ ਖਾਤੇ ਲਓ ਅਗਲੀ ਕਬੱਡੀ ਪਾਉਣ ਵਾਸਤੇ ਇਹ ਨੌਜਵਾਨ ਫਜ਼ਾਨ ਸੈਂਡੋ ਮਲਕ ਯਾਸੀਨ ਸਾਹਿਬ ਟਰਾਂਸਪੋਰਟਰ ਫੈਸਲਾਬਾਦ ਵਾਲੇ ਉਹਨਾਂ ਦਾ ਇੱਕ ਪੁੱਤਰ ਨਹਿਰੀ ਸਾ ਕਹਿੰਦੇ ਜੱਫਿਆਂ ਦੇ ਵਿੱਚ ਖਲੋ ਕੇ ਹਰਾਨੇ ਭਲਵਾਨਾਂ ਨੂੰ ਡੱਕਿਆ ਹੋਇਆ ਜੱਫਿਆਂ ਦੇ ਵਿੱਚ ਖਲੋ ਕੇ ਇੰਡੀਆ ਦੇ ਸਰਦਾਰ ਪਲੇਅਰਾਂ ਨੂੰ ਡੱਕਿਆ ਹੋਇਆ ਇਸ ਮੁੰਡੇ ਨੇ ਲਾ ਅਗਲੀ ਕਬੱਡੀ ਇਸ ਵੇਲੇ ਮੈਦਾਨ ਵਿੱਚ ਚਿੱਟੇ ਨਿਸ਼ੋ ਰੰਗ ਦਾ ਗੱਭਰੂ ਦੇਖ ਲਓ ਮੁੰਡਾ ਇਸ ਵੇਲੇ ਪੂਰੇ ਜ਼ੋਰ ਅਜ਼ਮਾਉਂਦਾ ਤਫੀਕ ਗੁੱਜਰ ਬੜਾ ਵੱਡ ਖਾਣਾ ਜਾਫੀ ਆ ਸਰੀਆ ਜਾਫੀ ਕਿਹਾ ਜਾਂਦਾ ਆ ਵੇਖ ਲਓ ਢਾਲਿਆ ਕਹਿੰਦੇ ਜਿਵੇਂ ਬਲਦ ਨੂੰ ਖੁਰੀਆਂ ਲਾਉਣ ਵਾਸਤੇ ਮਿਸਤਰੀ ਢਾਉਂਦਾ ਸਵਾਦ ਆ ਗਿਆ ਮਤਰੋ ਜੱਫੇ ਦਾ ਚਾਰੇ ਅਰਸਲਾਨ ਕੰਬੋ ਸਾਹਿਬ ਜਿਹੜੇ ਪ੍ਰੈਜੀਡੈਂਟ ਨੇ ਕਬੱਡੀ ਟੂਰਨਾਮੈਂਟ ਦੇ ਵਾਸਤੇ ਤਾਲੀ ਮਾਰ ਦਿਓ ਚਾਰੇ ਅਹਿਮਦ ਕੰਬੋ ਸਾਹਿਬ ਯੂਕੇ ਵਾਲੇ ਉਹਨਾਂ ਵਾਸਤੇ ਤਾਲੀ ਮਾਰਨੀ ਆ ਲਓ ਇਸ ਵੇਲੇ ਮੁੰਡੇ ਦੀ ਕਬੱਡੀ ਪਈ ਹੋਈ ਆ ਮੈਦਾਨ ਦੇ ਵਿੱਚ ਸਟੇਜ ਉੱਤੇ ਚੌਰੀ ਅਰਸ਼ਾਦ ਗੁੱਜਰ ਸਾਹਿਬ ਪੂਰੀਆਂ ਨਿਗਾਹਾਂ ਟਿਕਾ ਕੇ ਸਵਾਦ ਲੈਂਦੇ ਆ ਹਾਂਜੀ ਲਾਈਨਮੈਨ ਦਾ ਇਸ਼ਾਰਾ ਕੇ ਪੁਆਇੰਟ ਇਸ ਵੇਲੇ ਟ੍ਰੇਡਰ ਦੇ ਖਾਤੇ ਜੁੜਿਆ ਲਓ ਪਹਿਲੀ ਵਾਟਰ ਬ੍ਰੇਕ 10 ਮਿੰਟ ਤੋਂ ਬਾਅਦ ਆਈ ਆ 10 ਮਿੰਟ ਦਾ ਹਾਫ ਪਹਿਲਾ ਰਹਿ ਗਿਆ ਅਗਲੇ ਕੰਮ ਵਿੱਚ ਕੋਟ ਇਹ ਦੋਨੇ ਜਨਾਬ ਜਲਦੀ ਜਲਦੀ ਗਰਾਊਂਡ ਵਿੱਚ ਆ ਜਾਓ ਜੀ ਬਹੁਤ ਮਿਹਰਬਾਨੀ ਚੌਰੇ ਅਹਿਮਦ ਕੰਬੋ ਸਾਹਿਬ ਯੂਕੇ ਵਾਲੇ ਉਹਨਾਂ ਵੱਲੋਂ 1000 ਰੁਪਈਆ ਹਾਂਜੀ ਸਤਾਲ ਗਾਮੀ ਸਾਹਿਬ ਦਾ ਇਸ਼ਾਰਾ ਕਿ ਪੁਆਇੰਟ ਰੇਡਰ ਦੇ ਖਾਤੇ ਆ ਪੁਆਇੰਟ ਰੇਡਰ ਦੇ ਖਾਤੇ ਆ ਅਗਲੀ ਗੱਲ ਮੇਰੇ ਇਹ ਛੋਟੇ ਵੀਰ ਬਿੱਲਾ ਭੱਟੀ ਜੀ ਜਿਹੜੇ ਸਾਡੇ ਇੰਟਰਨੈਸ਼ਨਲ ਕੰਪੇਅਰ ਆ ਕਮੈਂਟੇਟਰ ਨੇ ਉਹਨਾਂ ਇਨਸ਼ਾਅੱਲਾ ਮੈਦਾਨ ਦੇ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਦੇ ਰਨ ਪਲੇਅਰਾਂ ਦੀ ਗੱਲਬਾਤ ਕਰਨਗੇ ਜੀ ਮੈਂ ਕਵਰ ਟੂ ਬਿੱਲਾ ਜੀ ਲਓ ਜੀ ਬਹੁਤ ਬਹੁਤ ਧੰਨਵਾਦ ਹੈ ਜਨਾਬ ਆਪਣੇ ਇਹ ਸਾਥੀ ਕਬੱਡੀ ਕਮੈਂਟੇਟਰ ਜਨਾਬ ਅਬਦੁਲ ਹਮੀਦ ਸਾਹਿਬ ਬਹੁਤ ਮਿਹਰਬਾਨੀ ਜੀ ਲਓ ਜੀ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਜਨਾਬ ਇਹ ਸ਼ੁਕਰਗੁਜ਼ਾਰ ਹਾਂ ਇਹਨਾਂ ਰਾਹ ਚੱਕ ਦੇ ਇਹ ਪਿੰਡ ਦੇ ਵਸੇਬਾਂ ਦੇ ਜਿਨ੍ਹਾਂ ਇਹ ਮਹਾਨ ਕਬੱਡੀ ਮੇਲਾ ਸਜਾਇਆ ਹੈ ਜਿਹਦੇ ਵਿੱਚ ਅਹਿਮਦ ਕੰਬੋ ਸਾਹਿਬ ਪ੍ਰਧਾਨ ਨੇ ਜਨਾਬ ਇਸ ਟੂਰਨਾਮੈਂਟ ਦੇ ਜਨਾਬ ਹਾਫਜ਼ ਅਰਸਲਾਨ ਮੇਰਾ ਵੀਰਾ ਜਿਨ੍ਹਾਂ ਨੇ ਬਹੁਤ ਭਾਈਵਾਲ ਕੀਤੀ ਆ ਬਹੁਤ ਬਹੁਤ ਧੰਨਵਾਦ ਹੈ ਸਭ ਤੋਂ ਪਹਿਲਾਂ ਇਹ ਮੈਚ ਜਾਰੀ ਰਹੇਗਾ ਪਰ ਮੈਂ ਮਿੰਟ ਦੀ ਖਾਮੋਸ਼ੀ ਜਿਹੜੀ ਹੈ ਉਹ ਰਵੇਗੀ ਕਿ ਆਪਾਂ ਇਹ ਮਰਹੂਮ ਦੇ ਸਾਲੇ ਸਵਾਹ ਵਾਸਤੇ ਇੱਕ ਮਿੰਟ ਦੀ ਦੁਆ ਨੇ ਜਾਫੀ ਆਪਣਾ ਨਾਮ ਲੈ ਜਾ ਵੀ ਸੋਹਣਿਆ ਜਾਫੀ ਸੋਹਣਿਆ ਆਪਣਾ ਨਾਮ ਲੈ ਜਾ ਭਾਈ ਕੰਮ ਸਾਹਿਬ ਆਪਣਾ ਨਾਮ ਫੜ ਲੈ ਇੱਧਰ ਕੋਚ ਨੂੰ ਦੇ ਦਿਓ ਜੀ ਬਹੁਤ ਮਿਹਰਬਾਨੀ ਜੀ ਹਾਫਜ਼ ਅਹਿਮਦ ਜਨਾਬ ਹਾਫਜ਼ ਅਰਸਲਾਨ ਕਬੋ ਸਾਹਿਬ ਜਿਨ੍ਹਾਂ ਨੇ ਬਹੁਤ ਮਿਹਨਤਾਂ ਕੀਤੀਆਂ ਨੇ
ਕਬੱਡੀ ਕਬੱਡੀ ਦੇ ਉੱਪਰ ਪਿੰਡ ਹੈ 55 ਬੋਗਣਾ ਉਸਤਾਦ ਹੈ ਸ਼ਫੀ ਘੁੰਮਣ ਅੱਜ ਮਨਵਰ ਜੱਟ ਦੇ ਨੁਮਾਇੰਦਗੀ ਦੇ ਵਿੱਚ ਖੇਡਦਾ ਹੋਇਆ ਨੌਜਵਾਨ ਜ਼ਿੰਦਾਬਾਦ ਜੀ ਮਹਿਰਾਂ ਦਾ ਮੁੰਡਾ ਹੈ ਨਾਮ ਹੈ ਮੁਹੰਮਦ ਅਰਸਲਾਨ ਚੱਲ ਵੀ ਸੁਣਿਆ ਪਾ ਹਾਂ ਕਬੱਡੀ ਬੱਲੇ ਬੱਲੇ ਦੂਏ ਪਾਸੇ ਮੁਹੰਮਦ ਸੁਲਤਾਨ ਦੇ ਨਾਲ ਟੱਚ ਹੋਇਆ ਪਰ ਨੰਬਰ ਕਬੱਡਰ ਦੇ ਖਾਤੇ ਹੈ ਲੋ ਜੀ ਪੰਜਾਬੀਆਂ ਦੇ ਰੰਗ ਦੇ ਉੱਪਰ ਮੈਚ ਲਾਈਵ ਨਜ਼ਾਰਾ ਕਬੱਡੀ ਦੇ ਉੱਪਰ ਮੇਰੇ ਵੀਰੋ ਚਿੱਟਾ ਮਸ਼ਹੂਰ ਪਿੰਡਾ ਮੱਖਣ ਦਾ ਪੇੜਾ ਮੁੰਡਿਆਂ ਦੇ ਸੋਹਣਿਆ ਸੁਨੱਖਿਆ ਦੁਨੀਆਂ ਨੇ ਨਾਮ ਤੇਰਾ ਰੱਖਿਆ ਰੱਖਿਆ ਬੱਲੇ 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 ਰੈਫਰੀ ਦੀ ਕੜੀ ਕਰੇ ਤਾੜੀ ਮਾਰਦੇ ਯਾਰ ਇੱਕ ਵਾਰੀ ਵਾਹ ਸੋਹਣਿਆ ਇਹ ਗੱਲ ਪੂਰੀ ਟਿਕਾਣੇ ਲੱਗਣ ਵਾਲੀ ਹੈ ਤਹੀਕ ਗੁੱਜਰ ਹੈ ਮੁਹੰਮਦ ਬਾਬਰ ਹੈ ਬਾਬਰ ਖਾਨ ਹੈ ਪਰ ਨੰਬਰ ਮੇਰੇ ਦਿਲੋਂ ਇਹ ਤਹੀਕ ਗੁੱਜਰ ਦੇ ਖਾਤੇ ਆ ਜੀ ਪਿਛਲੇ ਸਾਲ ਇਸ ਟੂਰਨਾਮੈਂਟ ਦੇ ਵਿੱਚ ਸਾਡੇ ਨਾਲ ਨਹੀਂ ਸਨ ਲੇਕਿਨ ਐਤਕੀ ਆ ਗਏ ਨੇ ਗੱਲ ਐਂ ਟਿਕਾਣੇ ਲੱਗ ਗਈ ਹੈ ਤੇ ਅਰਸ਼ਾਦ ਗੁੱਜਰ ਸਾਹਿਬ ਹੰਸਾਂ ਵਾਲੇ ਜਿਨ੍ਹਾਂ ਪਿਛਲੇ ਸਾਲ ਪੈਸੇ ਦੇ ਦੇ ਕੇ ਨੱਕ ਬੰਦ ਕਰ ਦਿੱਤੇ ਆ ਜੀ ਮਾਇਆ ਦੇ ਗੱਠੇ ਬੜੀ ਮਿਹਰਬਾਨੀ ਜੀ ਅਹਿਮਦ ਕਬੂਲ ਸਾਹਿਬ ਅਰਸ਼ਾਦ ਗੁੱਜਰ ਸਾਹਿਬ ਹਾਫਿਜ਼ ਅਰਸਲਾਨ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਹੈ ਨਵੀਂ ਦੂਏ ਪਾਸੇ ਗੱਲ ਕੀ ਹੋ ਗਈ ਮਿਲ ਗਏ ਕਿਵੇਂ ਕੁੱਚ ਵਟਨਾ ਦੇ ਜੋੜੇ ਪਰ ਨੰਬਰ ਮਲਕ ਸੈਂਡਲ ਦੇ ਖਾਤੇ ਆ ਕਬੱਡੀ ਦਾ ਆਲ ਰਾਉਂਡਰ ਮੇਰੇ ਗੁਰੂ ਲੋ ਵੀ ਅਗਲੀ ਕਬੱਡੀ ਫਿਰ ਨਾਸਰ ਜੱਟ ਚੱਲ ਵੀ ਸੁਣਿਆ ਤਾਹ ਕਬੱਡੀ ਨਾਸਰ ਜੱਟ ਸਾਹਮਣੇ ਕਾਮਰਾਨ ਪਾਡਾ ਹੈ ਇੱਕੋ ਜੀ ਜਵਾਨੀ ਹੈ ਇੱਕੋ ਜੀ ਆਕਾਤ ਬੋਤਾ ਇੱਕ ਸ਼ਬਾਦ ਬੰਦੇ ਸ਼ੇਰ ਦਾ ਬੱਬਰ ਸ਼ੇਰ ਆ ਦੂਏ ਪਾਸੇ ਕਹਿੰਦਾ ਨਵਾਜ਼ ਬਾਜੇ ਦੀਆਂ ਮਿਹਨਤਾਂ ਪੱਲੇ 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 ਤਾੜੀ ਮਾਰਦੇ ਪਏ ਕਾਮਰਾਨ ਪਾਡੇ ਵਾਸਤੇ ਨਾਸਰ ਜੱਟ ਵਾਸਤੇ ਵਾਹ ਗਦਰ ਵਾਹ ਵਾਹ ਸੋਹਣਿਆ ਗੱਲ ਐਂ ਟਿਕਾਣੇ ਲੱਗੀ ਆ ਜਨਾਬ ਅਹਿਮਦ ਕੰਬੋਜ ਸਾਹਿਬ ਯੂਪੀ ਵਾਲੇ ਉਹ ਵੀ ਪਿੰਡਾਂ ਨਜ਼ਾਰਾ ਲੈ ਰਿਹਾ ਅਰਸ਼ਾਦ ਗੁੱਜਰ ਸਾਹਿਬ ਮੇਰਾ ਵੀਰ ਭਾਈ ਲਕਮਾਨ ਉਹ ਵੀ ਖੇਡ ਮੈਦਾਨ ਵਿੱਚ ਪੁੱਜਿਆ ਵਿਕਾਸ ਗਿੱਲ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਨੌਜਵਾਨ ਅਲੀ ਪਹਿਲਵਾਨ 272 ਸੀਮੇ ਨਾਗਾਣ ਬਹੁਤ ਬਹੁਤ ਧੰਨਵਾਦ ਹੈ ਜੀ ਲਓ ਜੀ ਅਗਲੀ ਕਬੱਡੀ ਫਿਰ ਇੱਕ ਵਾਰੀ ਜੀ ਵਸੀਮ ਭੱਟੀ ਅਰਸ਼ਾਦ ਗੁੱਜਰ ਨੇ ਮੋੜੇ ਹੋ ਕੇ ਲੱਕਣ ਦੀ ਕੋਸ਼ਿਸ਼ ਕੀਤੀ ਹੈ ਪਰ ਨੰਬਰ ਮੇਰੇ ਵੀਰੋ ਵਸੀਮ ਭੱਟੀ ਦੇ ਖਾਤੇ ਹੈ ਵੀ ਸੁਣਿਆ ਪਾ ਹਾਂ ਕਬੱਡੀ ਪੋਲੇ ਪੋਲੇ ਪੱਬ ਧਰਦਾ ਜਿਵੇਂ ਜੱਟ ਆਪਣੇ ਸ਼ਟਾਲੇ ਦੀਆਂ ਕਰਮਾਂ ਮਿਣਦਾ ਪੋਚ ਪੋਚ ਕੇ ਮੁੰਡਾ ਰਾਣਿਆਂ ਦਾ ਦੂਏ ਪਾਸੇ ਮੁੰਡਾ ਗੁੱਜਰਾਂ ਦਾ ਬੱਲੇ 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 ਭੱਜ ਬਈ ਭੱਜ ਮੇਰੇ ਢੋਲ ਸਿਪਾਹੀਆ ਤੇਰੇ ਪਿੱਛੇ ਬੰਦੂਕਾਂ ਵਾਲੇ ਭੱਜ ਬਈ ਭੱਜ ਮੇਰੇ ਢੋਲ ਸਿਪਾਹੀਆ ਤੇਰੇ ਪਿੱਛੇ ਬੰਦੂਕਾਂ ਵਾਲੇ ਲੋ ਜੀ ਅਗਲੀ ਕਬੱਡੀ ਫਿਰ ਮੇਰੇ ਵੀਰੋ ਕਬੱਡੀ ਦੇ ਉੱਪਰ ਇਹ ਨੌਜਵਾਨ ਮਲਕ ਸੈਂਡੋ ਕਹਿੰਦੇ ਇੰਡੀਆ ਦੇ ਖਿਲਾਫ ਵੀ ਧੂੜ ਪੱਟੀ ਆ ਇਰਾਨ ਦੇ ਖਿਲਾਫ ਵੀ ਪੂਰੀ ਜੰਗ ਲੜੀ ਆ ਮੇਰੇ ਵੀਰੋ ਇਹ ਨੌਜਵਾਨ ਮਲਕ ਸੈਂਡੋ ਵਾਹ ਜ਼ਿੰਦਾਬਾਦ ਜੀ ਬਹੁਤ ਤਗੜੀਆਂ ਇਹ ਮੇਰੇ ਵੀਰੋ ਇਹਦੇ ਸਟਾਪ ਜਿਹੜੇ ਮੇਰੇ ਵੀਰੋ ਇਕਬਾਲ ਸਟੇਡੀਅਮ ਦੇ ਵਿੱਚ ਵੇਖਣ ਨੂੰ ਮਿਲੇ ਆ ਅੱਜ ਫਿਰ ਕਬੱਡੀ ਦਾ ਪੂਰਾ ਇਕੱਠ ਹੈ ਜਿਹਦੇ ਇਕੱਠ ਦੇ ਪ੍ਰਧਾਨ ਜਨਾਬ ਮੇਰਾ ਵੀਰ ਹਾਫਿਜ਼ ਅਰਸਲਾਨ ਜ਼ਿੰਦਾਬਾਦ ਜੀ ਹਾਫਿਜ਼ ਅਰਸਲਾਨ ਨੇ ਪਿਛਲੇ ਸਾਲ ਮੋਬਾਈਲਾਂ ਨਾਲ ਮਾਨ ਸਨਮਾਨ ਕੀਤਾ ਹੈ ਦੂਏ ਪਾਸੇ ਮੇਰੇ ਵੀਰੋ ਇਹ ਰਾਣਿਆਂ ਦਾ ਮੁੰਡਾ ਕਹਿੰਦੇ ਮਸਾਬ ਮੁੰਡਾ ਕਰ ਗਿਆ ਸਵਾਰੀ ਤੇ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਦੇ ਹਾਂ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਦੇ ਹਾਂ ਅਗਲੀ ਕਬੱਡੀ ਫੇਰ ਮੇਰੇ ਵੀਰੋ ਰਾਈਆਂ ਦਾ ਮੁੰਡਾ ਹੈ ਰਾਈਆਂ ਦੀ ਪੂਰੀ ਤੋਤੀ ਬੋਲਦੀ ਪਈ ਆ ਕਬੱਡੀ ਦੇ ਵਿੱਚ ਕਦੀ ਮੇਰੇ ਵੀਰੋ ਇਮਤਿਆਜ਼ ਆਲਮ ਦੀਆਂ ਗੱਲਾਂ ਹੁੰਦੀਆਂ ਚਾਚੇ ਬੂਟੇ ਦੀਆਂ ਗੱਲਾਂ ਹੁੰਦੀਆਂ ਖਾਲਦ ਮਹਿਰ ਦੀਆਂ ਗੱਲਾਂ ਹੁੰਦੀਆਂ ਅੱਜ ਮੀਆਂ ਅਰਸਲਾਨ ਹੈ ਸਾਹਮਣੇ ਹੈ ਅਫਾਕ
ਮੈਨੇਜਰ ਕਹਿੰਦਾ ਡੋਂਟ ਟੱਚ ਮੀ ਆਈ ਹਰਟ ਯੂ। ਜ਼ਿੰਦਾਬਾਦ ਜੀ ਅਗਲੀ ਕਬੱਡੀ ਫੇਰ ਮੇਰੇ ਵੀਰੋ ਕਬੱਡੀ ਦੇ ਉੱਪਰ ਚੱਲ ਵੀ ਸੁਣਿਆ ਬਾਹ ਕਬੱਡੀ ਇਹ ਬਾਬਰ ਖਾਨ ਹੈ ਮੋਟਰ ਮੈਂ ਨਾ ਕਾਰ ਮੈਂ ਜੋ ਮਜ਼ਾ ਮਸਵਾਰ ਮੈਂ ਮੋਟਰ ਮੈਂ ਨਾ ਕਾਰ ਮੈਂ ਜੋ ਮਜ਼ਾ ਮਸਵਾਰ ਮੈਂ ਜ਼ਿੰਦਾਬਾਦ ਜੀ ਤਫੀਕ ਗੁੱਜਰ ਰੋਇਲ ਕਿੰਗ ਯੂਐਸਏ ਦਾ ਯੰਗ ਸਟਾਰ ਸਟੋਪਰ ਮੋਟਰਸਾਈਕਲਾਂ ਦਾ ਜੇਤੂ ਇਮਰਾਨ ਚੌਧਰੀ ਦਾ ਹੀਰਾ ਬਲਾਲ ਕਮੰਡ ਅੱਜ ਓਪਨ ਨੁਮਾਇੰਦਗੀ ਇਸ ਤੋਂ ਬਾਅਦ ਗਰਾਊਂਡ ਦੇ ਵਿੱਚ ਮੇਰੇ ਵੀਰੋ ਸਾਹਮਣੇ ਹੋਣਗੇ ਪੂਰਾ ਨਜ਼ਾਰਾ ਗੱਲ ਐਂ ਟਿਕਾਣੇ ਲੱਗੂ ਲੋ ਵੀ ਅਗਲੀ ਕਬੱਡੀ ਫੇਰ ਮੇਰੇ ਵੀਰੋ ਇਹ ਮਲਕ ਸੈਂਡ ਅਫਾਕ ਗੁੱਜਰ ਇੱਕ ਟੀਮ ਦੇ ਵੱਲੋਂ ਖੇਡਣ ਅੱਜ ਸ਼ਜਰੇ ਸ਼ਰੀਕ ਬਣ ਗਏ ਅੱਜ ਸ਼ਜਰੇ ਸ਼ਰੀਕ ਬਣ ਗਏ ਮਲਕ ਯਾਸੀਨ ਦਾ ਇਹ ਹੀਰਾ ਸ਼ਬਾਜ਼ ਬੰਦੇਸ਼ੇ ਦਾ ਸ਼ਗਿਰਦ ਹੈ ਇਹ ਨੌਜਵਾਨ ਮਲਕ ਸੈਂਡੂ ਅਗਲੀ ਕਬੱਡੀ ਮੇਰੇ ਵੀਰੋ ਇਹ ਰਾਣਾ ਸੁਲੇਮਾਨ ਹੈ ਉਹ ਪਿਆਰ ਨਾਲ ਲੋਕਾਂ ਨੂੰ ਡਾਕੂ ਵੀ ਕਹਿੰਦੇ ਆ ਪਰ ਡਾਕੂ ਕਿਆ ਗੁੱਸਾ ਕਰਦਾ ਹੈ ਲੋ ਵੀ ਦੋਵੇਂ ਪਾਸੇ ਸੋਹਣਿਓ ਪੂਰਾ ਨਜ਼ਾਰਾ ਇਹ ਰਾਣੇ ਮਸਾਬ ਨੇ ਪੁੱਠੀ ਪਾਈ ਹੈ ਅਹਿਮਦ ਕੰਦੋਲ ਸਾਹਿਬ ਅਰਸ਼ਾਦ ਗੁੱਜਰ ਸਾਹਿਬ ਰੱਬ ਸੋਹਣਾ ਕਿਸੇ ਨੂੰ ਪੁੱਠੀਆਂ ਨਾ ਪਾਵੇ ਤੇ ਕੰਬੋ ਸਾਹਿਬ ਅਫਸਲ ਕੰਬੋ ਸਾਹਿਬ ਦਾ ਜਦੋਂ ਇਹ ਯਾਦ ਆਉਂਦੀ ਹੈ ਅੱਖਾਂ ਵਿੱਚ ਅੱਥਰੂ ਆਉਂਦੇ ਆ ਪਰ ਅਰਸ਼ਾਦ ਗੁੱਜਰ ਸਾਹਿਬ ਕਹਿੰਦੇ ਜਿੰਨੇ ਉਹਨਾਂ ਕੰਮ ਇਸ ਇਲਾਕੇ ਵਿੱਚ ਕੀਤੇ ਆ ਜਿੰਨੀ ਮੁਹੱਬਤ ਇਸ ਇਲਾਕੇ ਦੀ ਮੇਰੇ ਵੀਰੋ ਉਹਨਾਂ ਦੇ ਨਾਲ ਹੈ ਉਦੋਂ ਪੂਰਾ ਖੁਸ਼ ਹੋ ਜਾਂਦਾ ਲੈ ਜੀ ਅਰਸ਼ਾਦ ਗੁੱਜਰ ਸਾਹਿਬ ਜਿਹਨਾਂ ਪਿਛਲੇ ਸਾਲ ਉਹਨਾਂ ਦੇ ਬਾਰੇ ਗੱਲਾਂ ਸਾਡੇ ਨਾਲ ਸ਼ੇਅਰ ਕੀਤੀਆਂ ਸਨ ਤੇ ਜਨਾਬ ਅਹਿਮਦ ਕੰਬੋਲ ਸਾਹਿਬ ਵੀ ਆ ਕੇ ਸਾਡੇ ਨਾਲ ਆ ਗਏ ਆ ਤੇ ਗੱਲ ਐਂ ਟਿਕਾਣੇ ਲੱਗ ਗਈ ਹੈ ਛੋਟੀ ਜਿਹੀ ਗੱਲ ਮੈਂ ਦੱਸਣ ਲੱਗਾ ਜਿਹੜੇ ਹੋਣਗੇ ਤਗੜੇ ਕੋਚ ਉਹ ਹੱਸਣਗੇ ਜਿਹੜੇ ਹੋਣਗੇ ਮਾੜੇ ਕੋਚ ਉਹ ਰੋਣਗੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਬੰਦੇ ਠੱਕਰ ਵਾਲੇ ਦੀ ਨਿੱਕੇ ਠੱਕਰ ਵਾਲੇ ਦੀ ਪਿਛਲੀ ਵਾਰੀ ਜਦੋਂ 70 ਕਿਲੋ ਦਾ ਅਸੀਂ ਮੈਚ ਕਰਾਇਆ ਨਾ ਜਦੋਂ ਉਹਨੂੰ ਮੈਂ ਟੀਮ ਦਾ ਕਿਹਾ ਮੈਨੂੰ ਕਹਿੰਦਾ ਓਪਨ ਦੱਸ ਕਿੰਨੇ ਪਾਉਣੇ ਆ ਮੈਂ ਕਿਹਾ ਕੋਈ ਓਪਨ ਨਹੀਂ ਪਾਉਣਾ ਫਿਰ ਪਿੰਡ ਆਇਆ ਮੈਨੂੰ ਪੁੱਛਿਆ ਕਿੰਨੇ ਓਪਨ ਪਾਉਣੇ ਮੈਂ ਕੋਈ ਨਹੀਂ ਪਾਉਣਾ ਤਾਈਆਂ ਜੇ ਸਾਡਾ ਉਹਦਾ ਮੈਚ ਨਿਕਲ ਆਇਆ ਫਿਰ ਮੈਨੂੰ ਉਹਨੇ ਕਿਹਾ ਓਪਨ ਪਾ ਲਾ ਮੈਂ ਕਿਹਾ ਨਹੀਂ ਪਾਉਣਾ ਜਦੋਂ ਗਰਾਊਂਡ 'ਤੇ ਆਇਆ ਅਸੀਂ ਚਾਰ ਮੁੰਡੇ ਓਪਨ ਪਾਏ ਸੀ ਉਹਨੇ ਆਖਿਆ ਚੌਵੇਂ ਖਿਡਾ ਤੂੰ ਕਮੇਟੀ ਆ ਇਹ ਹੁੰਦੇ ਤਗੜੇ ਕੋਚ ਜਿਹੜੇ ਤਗੜੇ ਕੋਚ ਹੋਣਗੇ ਤਗੜੇ ਮੁੰਡੇ ਹੋਣਗੇ ਉਹ ਹੱਸਣਗੇ ਜਿਹੜੇ ਮਾੜੇ ਕੋਚ ਮਾੜੇ ਮੁੰਡੇ ਰੋਣਗੇ ਮੈਂ ਵੀ ਗੱਲ ਇਦਾਂ ਸਮੀ ਫਾਈਨਲ ਦੇ ਵਿੱਚ ਇੱਕ ਕਬੱਡੀ ਦੋ ਕੌਡੀਆਂ ਲਗਾਤਾਰ ਪਾ ਸਕਦਾ ਇੱਕ ਕਬੱਡੀ ਦੋ ਕੌਡੀਆਂ ਸਮੀ ਫਾਈਨਲ ਦੇ ਵਿੱਚ ਪਾ ਸਕਦਾ ਲਗਾਤਾਰ ਵਿੱਚ ਇਹ ਮਜ਼ਾ ਆਵਾ ਲਗਾਤਾਰ ਦੋ ਕੌਡੀਆਂ ਸਮੀ ਫਾਈਨਲ 'ਚ ਪਾ ਸਕਦਾ ਨਾ ਨਾ ਕਮੇਟੀ ਵੱਲੋਂ ਨਾ ਪੰਜਾਬ ਲਓ ਵੀ ਮੇਰੇ ਵੀਰੋ ਕਹਿੰਦੇ ਰਾਹ ਚੱਕ ਦੇ ਵਿੱਚ ਐਡਾ ਖਰਚਾ ਕੀਤਾ ਉੱਥੇ ਰੋਲ ਵੀ ਨਵੇਂ ਹੋਣਗੇ ਜੀ ਰੋਲ ਵੀ ਨਵੇਂ ਹੋਣਗੇ ਵੱਡੀ ਪਾਹ ਸੋਹਣਿਆ ਇਹ ਕਹਿੰਦੇ ਕਮੈਂਟੇਟਰ ਵੀ ਹੈ ਮੁੰਡਾ ਸੁੱਖੀ ਕਹਿੰਦੇ ਆ ਸੁੱਖੀ ਸੋਹਣਿਆ ਪਾ ਕਬੱਡੀ ਦੂਏ ਪਾਸੇ ਕਹਿੰਦੇ
ਮੁੰਡਾ ਇਹ ਕੋਈ ਕਸੂਰ ਭਾਈ ਲੱਗ ਗਿਆ, ਮੁੰਡਾ ਕੋਈ ਕਸੂਤਾ ਲੱਗਾ, ਨੰਬਰ ਜਾ ਫੜ ਦੇ ਖਾਤੇ ਮੇਰੇ ਵੀਰ ਭਾਈ ਖਾਲੇ ਬੱਬਲ ਨੇ ਤੇ ਵਿਸਲ ਬਾਹਰ ਸੁਣਿਆ ਪਾ ਕਬੱਡੀ ਕਬੱਡੀ ਦੇ ਉੱਪਰ ਮੇਰੇ ਵੀਰੋ ਕਬੱਡੀ ਪਾਉਣ ਵਾਸਤੇ ਮਲਕ ਸੈਂਡੋ ਮਲਕ ਸੈਂਡੋ ਮੇਰੇ ਵੀਰੋ ਨਵਾਬਾਂ ਵਾਲੀ ਧਰਤੀ ਆ ਸਮੁੰਦਰੀ ਰੋਡ ਫੈਸਲਾਬਾਦ ਦੇ ਗੜ ਦੇ ਵਿੱਚ ਰਹਿੰਦਾ ਨੌਜਵਾਨ ਇਹਨੇ ਬਾਪੂ ਜੀ ਨੇ ਵੀ ਬਹੁਤ ਤਗੜੀ ਕਬੱਡੀ ਖੇਡੀ ਆ ਅੱਜ ਇਹ ਨੌਜਵਾਨ ਇਹ ਪੰਜਾਬ ਗੇਮ ਦੇ ਵਿੱਚ ਵੀ ਹਿੱਸੇਦਾਰੀ ਹੈ ਇਹ ਨਨਕਾਣਾ ਕਬੱਡੀ ਕੱਪ ਦੇ ਵਿੱਚ ਵੀ ਹਿੱਸਾਦਾਰੀ ਹੈ ਇਹ ਚੈਂਪੀਅਨਸ਼ਿਪ ਦੇ ਵਿੱਚ ਵੀ ਇਹ ਮੇਰੇ ਵੀਰੋ ਇਸ ਨੌਜਵਾਨ ਦੀ ਹਿੱਸੇਦਾਰੀ ਰਹੀ ਹੈ ਅਗਲੀ ਕਬੱਡੀ ਫੇਰ ਰਾਣਿਆਂ ਦਾ ਮੁੰਡਾ ਤੇ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਦੇ ਆ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਲੋ ਵੀ ਮੇਰੇ ਵੀਰੋ ਅੱਜ ਸੱਜਿਆ ਫੱਬਿਆ ਮੈਦਾਨ ਹੈ 75 ਕਿਲੋ ਤੇ ਆਲ ਓਪਨ ਕਬੱਡੀ ਟੂਰਨਾਮੈਂਟ ਪੰਜਾਬੀਆਂ ਦੇ ਰੰਗ ਦੇ ਉੱਪਰ ਵੀ ਲਾਈਵ ਨਜ਼ਾਰਾ ਤੱਕ ਸਕਦੇ ਹੋ ਆਪਣੇ ਸੱਜਣਾ ਦੋਸਤਾਂ ਨੂੰ ਫੋਨ ਕਰ ਲਿਓ ਚੌਧਰੀ ਅਸਦ ਲਿਆਸ ਵੜੈਲ ਸਾਹਿਬ ਦੁਬਈ ਵਿੱਚ ਬੈਠੇ ਆ ਉਹ ਵੀ ਪੂਰਾ ਨਜ਼ਾਰਾ ਲੈ ਰਿਹਾ ਤੇ ਯਾਰ ਆਹ ਕੀ ਜੰਗਲ 'ਚ ਛਾਂਗਾ ਮਾਂਗਾ ਕੀਤਾ ਯਾਰ ਇਹ ਛਾਂਗਾ ਮਾਂਗਾ ਜੰਗਲ ਨਾ ਕਰੋ ਯਾਰ ਮੇਰੇ ਵਾਲੀ ਮੈਚ ਦਾ ਨਜ਼ਾਰਾ ਜਿੰਨਾ ਭਾਈ ਹਾਫਜ਼ ਅਰਸਲਾਨ ਸਾਹਿਬ ਦੀ ਮਿਹਨਤ ਹੈ ਮੇਰੇ ਵੀਰ ਭਾਈ ਸੋਭੇ ਕੰਬੋ ਦੀ ਮਿਹਨਤ ਹੈ ਤੇ ਮੇਰੇ ਵੀਰ ਭਾਈ ਖਾਨਾ ਕੰਬੋ ਆਤਫ ਕੰਬੋ ਮੋਹਿਤਬਾ ਕੰਬੋ ਇਹਨਾਂ ਵੀਰਾਂ ਨੇ ਬਹੁਤ ਭਾਈ ਦੌੜਿਆ ਤੇ ਜਨਾਬ ਅਹਿਮਦ ਕੰਬੋ ਸਾਹਿਬ ਦਾ ਥਾਪੜਾ ਕਿ ਸੋਹਣਿਓ ਮੈਚ ਕਰਵਾ ਲਵੋ ਜਿੱਡਾ ਸੋਹਣਾ ਜਿੱਡਾ ਵੱਡਾ ਲੇਕਿਨ ਪੈਸੇ ਨਹੀਂ ਕਿਸੇ ਤੋਂ ਲੈਣੇ ਵਾਹ ਅਹਿਮਦ ਕੰਬੋ ਸਾਹਿਬ ਨਜ਼ਾਰਾ ਆ ਗਿਆ ਗੱਲ ਟਿਕਾ ਚੱਲ ਵੀ ਸੋਹਣਿਆ ਬਾਹ ਕਬੱਡੀ ਮਾੜਾ ਲਿਸਾ ਪਿੰਡਾ ਪਰ ਹੌਸਲਾ ਵੱਡਾ ਕਹਿੰਦੇ ਹੁਣ ਪਤਾ ਲੱਗਣਾ ਕਿੰਨੇ ਦੁੱਧ ਪੀਤੇ ਕਿੰਨੇ ਚਾਹ ਤੇ ਗਿਆਰਾ ਕੀਤਾ ਬੱਲੇ ਬੱਲੇ ਸਾਹਮਣੇ ਚਾਰ ਜਾਂ ਫਰੀ ਹੈ ਅਸਮਾਨ ਪਾਲਾ ਹੈ ਹਲਕਾ ਜਿਹਾ ਟੱਚ ਹੋਇਆ ਕਿ ਨਹੀਂ ਇਹ ਗੱਲ ਇਹ ਰੈਫਰੀ ਤੇ ਮੁੱਕਦੀ ਆਏ ਹਾਏ ਉਹ ਸੋਹਰਾ ਆ ਪੇਕਾ ਨਹੀਂ ਕੱਲੇ ਕੱਲੇ ਆ ਉਹ ਸਾਰਿਆਂ ਦਾ ਠੇਕਾ ਨਹੀਂ ਕੱਲੇ ਸਾਰਿਆਂ ਦਾ ਠੇਕਾ ਨਹੀਂ ਅਹਿਮਦ ਕੰਬੋਜ ਸਾਹਿਬ ਨੇ ਇਹ ਖਰਚਾ ਤਾਂ ਨਹੀਂ ਕੀਤਾ ਕਿ ਤੁਸੀਂ ਦੋ ਦੋ ਇੱਕ ਬੰਦੇ ਨੂੰ ਫੜ ਲਓ ਜੀ ਅਗਲੀ ਕਬੱਡੀ ਫੇਰ ਮੇਰੇ ਵੀਰੋ ਵਸੀਮ ਭੱਟੀ ਇਹ ਵਸੀਮ ਭੱਟੀ ਦੀ ਪਈ ਹੈ ਕਬੱਡੀ ਭੱਟੀਆਂ ਦਾ ਮੁੰਡਾ ਦੁੱਲੇ ਭੱਟੀ ਦੀਆਂ ਗੱਲਾਂ ਹੁੰਦੀਆਂ ਮੇਰੇ ਵੀਰੋ ਵਰਲਡ ਲੈਵਲ ਤੇ ਇਹਦੀ ਬਹਾਦਰੀ ਦੀਆਂ ਗੱਲਾਂ ਅੱਜ ਵਸੀਮ ਭੱਟੀ ਹੈ ਕਬੱਡੀ ਦੇ ਵਿੱਚ ਪੂਰਾ ਇਹ ਮੱਥੇ ਦਾ ਟਿਕਵਾ ਪਲੇਅਰ ਹੈ ਅਗਲੀ ਕਬੱਡੀ ਫੇਰ ਮੇਰੇ ਵੀਰੋ ਲਓ ਜੀ 213 ਬਾਅਦ ਮੁਕਾਬਲਾ ਇਨਸਾਫ ਕਬੱਡੀ ਕਲੱਬ ਜੀ ਇਹ ਆਖਰੀ ਕਾਲ ਹੈ ਇਹ ਆਖਰੀ ਸੱਦਾ ਫਿਰ ਕਮੇਟੀ ਦਾ ਕੋਈ ਫੈਸਲਾ ਹੋਏਗਾ ਤੇ 213 ਦਾ ਮੁਕਾਬਲਾ ਇਨਸਾਫ ਕਬੱਡੀ ਕਲੱਬ ਜਾਂ ਜਦੋਂ ਬਹੁਤ ਬਹੁਤ ਧੰਨਵਾਦ ਹੈ ਅਗਲੀ ਕਬੱਡੀ ਫਿਰ ਮੇਰੇ ਵੀਰੋ ਕਬੱਡੀ ਦੇ ਉੱਪਰ ਮਲਕ ਸੈਂਡੋ ਅਹਿਮਦ ਕੰਬੋ ਸਾਹਿਬ 1000 ਰੁਪਇਆ ਨਾਮ ਮੇਰੇ ਵਾਸਤੇ ਬਹੁਤ ਮਿਹਰਬਾਨੀ ਲੋ ਵੀ ਦੂਏ ਪਾਸੇ ਅਫਾਕ ਗੁੱਜਰ ਇਹ ਲਗੋਟੀਏ ਵੀ ਹੈ ਇੱਕ ਗਰਾਊਂਡ ਦੇ ਵਿੱਚ ਤਿਆਰੀ ਵੀ ਕਰਦੇ ਹੈ ਅੱਜ ਸ਼ਜਰੇ ਸ਼ਰੀਕ ਬਣੇ ਹੈ ਅੱਜ ਸ਼ਜਰੇ ਸ਼ਰੀਕ ਬਣੇ ਆ ਲੋ ਵੀ ਮੇਰੇ ਵੀਰਿਓ ਇੱਕ ਹੋਰ ਮੈਚ ਦਾ ਸੱਦਾ ਦਿੱਤੀ ਜਾਵਾਂ ਸਾਰਿਆਂ ਦੋਸਤਾਂ ਨੂੰ ਤੇ 17 ਤਰੀਕ ਨੂੰ 272 ਸੇਵੇਂ ਇਹ ਗਵਾਂਢ ਪਿੰਡ ਦੇ ਵਿੱਚ ਇੱਕ ਵੱਡਾ ਮੈਚ ਹੋ ਰਿਹਾ ਜਿਹੜਾ ਆਜ਼ਾਦ ਕਬੱਡੀ ਕਲੱਬ ਮਜ਼ੰਬਲ ਬੂਟਾ ਦਾ ਮੁਕਾਬਲਾ ਜਾਂਗੀਰ ਸ਼ਰਾਮ ਸਾਹਿਬ ਭੱਟੋ ਇਹਨਾਂ ਦੋਨਾਂ ਟੀਮਾਂ ਵੱਡੀਆਂ ਮੰਨੀਆਂ ਤਰਮੰਨੀਆਂ ਟੀਮਾਂ ਦਰਮਿਆਨ ਵੱਡਾ ਮੈਚ ਹੈ ਕਾਂਟੇਦਾਰ ਮੁਕਾਬਲਾ ਹੈ ਜਨਾਬ ਅਗਲੀ ਕਬੱਡੀ ਫੇਰ ਕਬੱਡੀ
ਗਵਾਲੀਅਰ ਸਲਾਮ ਸੁਣਿਆ ਪਾਹਕ ਕਬੱਡੀ ਪੰਜਾਬ ਬਾਹਦੇ ਦੀ ਕਰਦਾ ਪਿਆ ਨੁਮਾਇੰਦਗੀ ਜਨਾਬ ਭਾਈ ਮਨਵਰ ਜੱਟ ਦੀਆਂ ਮਿਹਨਤ ਹੈ ਸਾਦ ਸ਼ਹੀਦ ਘੁੰਮਣ ਦੇ ਗੁਣ ਸਿਖਾਏ ਆ ਦੋਵੇਂ ਪਾਸੇ ਆ ਫਾਕ ਗੁੱਜਰ ਇਹ ਭੱਲੇ ਭੱਲੇ ਭੱਜ ਬਈ ਭੱਜ ਮੇਰੇ ਢੋਲ ਸਿਪਾਹੀਆ ਤੇਰੇ ਪਿੱਛੇ ਬਤੂਕਾਂ ਵਾਲੇ ਭੱਜ ਬਈ ਭੱਜ ਮੇਰੇ ਢੋਲ ਸਿਪਾਹੀਆ ਤੇਰੇ ਪਿੱਛੇ ਬਤੂਕਾਂ ਵਾਲੇ ਲਓ ਬਈ ਨਾਨ ਸਾਫੀ ਨਾ ਕਰਿਓ ਜਿਹੜਾ ਬੰਦਾ ਦੇ ਹੌਸਲੇ ਤੋਂ ਖੁਸ਼ ਹੈ ਤਾੜੀ ਮਾਰ ਦੋ ਯਾਰ ਇੱਕ ਵਾਰੀ ਬਹੁਤ ਹੌਸਲਾ ਉਸ ਮੁੰਡੇ ਦਾ ਵਾਹ ਸੋਹਣਿਆ ਵਾਹ ਹੋਏ ਕਬੱਡੀ ਦੇ ਉੱਪਰ ਇਹ ਸਪੀਕਰ ਆ ਜਾਂ ਨੌਜਵਾਨ ਸੁੱਖੀ ਕਹਿੰਦੇ ਆ ਇਹ ਕਮੈਂਟਰੀ ਵੀ ਬਹੁਤ ਵਧੀਆ ਕਰਦਾ ਬਹੁਤ ਵਧੀਆ ਬੋਲ ਵੀ ਸਾਡੇ ਨਾਲ ਕਦੇ ਕਦੇ ਬੋਲਦਾ ਹੁੰਦਾ ਹਾਂਜੀ ਨੰਬਰ ਕਬੱਡਰ ਦੇ ਖਾਤੇ ਕਬੱਡੀ ਫਿਰ ਮੇਰੇ ਵੀਰੋ ਕਬੱਡੀ ਪਾਉਣ ਵਾਸਤੇ ਨੌਜਵਾਨ ਮਲਕ ਸੈਂਡੋ ਚੱਲ ਵੀ ਸੈਂਡੋ ਸੋਹਣਿਆ ਪਾਹਕ ਕਬੱਡੀ ਇਹ ਦੋਵੇਂ ਪਾਸੇ ਕਹਿੰਦੇ ਫੈਸਲ ਟੋਕਾ ਲੱਗਾ ਹੈ ਇਹ ਫੈਸਲ ਟੋਕਾ ਨੰਬਰ ਫੈਸਲ ਟੋਕੇ ਦੇ ਖਾਤੇ ਆ ਇਹ ਟੋਕਾ ਚੰਗਾ ਹੀ ਕੰਮ ਆਊਗਾ ਗੁਜਰਾਂ ਦਾ ਮੁੰਡਾ ਕਬੱਡੀ ਦੇ ਉੱਪਰ ਚੱਲ ਵੀ ਸੁਣਿਆ ਤਾਂ ਹਾਂ ਕਬੱਡੀ ਗੁਜਰਾਂ ਦਾ ਮੁੰਡਾ ਹੈ ਸਾਹਮਣੇ ਕਹਿੰਦੇ ਇਹ ਸ਼ਾਹਲ ਮੱਖਣ ਹੈ ਇਹ ਪਰ ਦੋਵੇਂ ਪਾਸੇ ਨੌਜਵਾਨ ਇਹ ਨਵੀਂ ਭਰਤੀ ਹੈ ਵੱਧ ਕੇ ਡੱਕਣ ਦੀ ਕੋਸ਼ਿਸ਼ ਕੀਤੀ ਹੈ ਲੋ ਜੀ ਅਗਲੀਆਂ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਓ ਬਹੁਤ ਬਹੁਤ ਮਿਹਰਬਾਨੀ 213 ਦਾ ਮੁਕਾਬਲਾ ਮੇਰੇ ਵੀਰੋ ਜਹਾਂਗੀਰ ਪਾਸ ਹੋ ਗਿਆ ਟੀਮਾਂ ਗਰਾਊਂਡ 'ਚ ਲੈ ਕੇ ਆ ਤੇਰੀ ਮਿਹਰਬਾਨੀ ਹੈ ਹਾਂਜੀ ਟੀਮਾਂ ਗਰਾਊਂਡ ਦੇ ਵਿੱਚ ਆ ਜਾਓ ਬਹੁਤ ਮਿਹਰਬਾਨੀ ਲੋ ਜੀ ਅਗਲੀ ਕਬੱਡੀ ਫਿਰ ਮੇਰੇ ਵੀਰੋ ਵਸੀਮ ਪੱਟੇ ਮੈਦਾਨ ਲੁੱਟੇ ਜਾਂਦਾ ਨੌਜਵਾਨ ਪੂਰਾ ਇਸ ਟਾਈਮ ਪੂਰਾ ਨਜ਼ਾਰਾ ਅਹਿਮਦ ਕਬੋਲ ਸਾਹਿਬ ਦਾ ਜਨਾਬ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਇਹ ਮੇਲਾ ਸਜਾਇਆ ਤੇ ਖਰਚੇ ਦੀ ਸਾਰੀ ਪੰਡ ਆਪਣੇ ਮੋਢੇ ਤੇ ਵਾਹ ਸੁਣਿਆ ਵਾਹ ਸੋਹਣਿਆ ਦੋਵੇਂ ਪਾਸੇ ਨੌਜਵਾਨ ਨੱਚਦਾ ਟੱਪਦਾ ਇੱਕ ਹੋਰ ਪਾਉਣ ਦਾ ਕੰਮ ਹੋਇਆ ਵਾਧਾ ਅਹਿਮਦ ਕੰਬੋਲ ਸਾਹਿਬ ਬਹੁਤ ਬਹੁਤ ਮਿਹਰਬਾਨੀ ਇਹ ਮੈਚ ਕਰਾਉਣੇ ਬਹੁਤ ਔਖੇ ਆ ਇਹ ਬੜਿਆਂ ਬੰਦਿਆਂ ਕੋਲ ਜਾਣਾ ਪੈਂਦਾ ਬੜੀਆਂ ਗੱਲਾਂ ਸੁਣਨੀਆਂ ਪੈਂਦੀਆਂ ਪਰ ਅਹਿਮਦ ਕੰਬੋਲ ਸਾਹਿਬ ਨੇ ਕਹਿੰਦੇ ਰਿਕਾਰਡ ਕਾਇਮ ਕੀਤਾ ਹੈ ਕਿਸੇ ਮੁੰਡੇ ਨੂੰ ਇਹ ਹਰ ਨੌਬਤ ਨਹੀਂ ਆਈ ਅਹਿਮਦ ਕੰਬੋਲ ਸਾਹਿਬ ਨੇ ਕਿਹਾ ਕਿ ਮੈਚ ਕਰਾਓ ਮੁੰਡੇ ਜਿੰਦਾ ਮਰਜ਼ੀ ਸੋਹਣੇ ਮੈਚ ਕਰਾਓ ਸੋਹਣਾ ਇਕੱਠ ਕਰੋ ਰਾਚਕ ਦੀ ਧਰਤੀ ਤੇ ਪੂਰੇ ਪੰਜਾਬ ਦਾ ਇਕੱਠ ਕੱਲ ਮੇਰੇ ਵੀਰੋ ਐਸੇ ਗਰਾਊਂਡ ਦੇ ਵਿੱਚ ਇੰਟਰਨੈਸ਼ਨਲ ਪਲੇਅਰ ਵੀ ਐਸੇ ਖੇਡ ਮੈਦਾਨ ਦੇ ਰੌਣਕ ਹੋਣਗੇ ਲੋ ਵੀ ਦੂਏ ਪਾਸੇ ਫੇਰ ਇੱਕ ਵਾਰੀ ਕਹਿੰਦੇ ਮੁੰਡਾ ਲੱਗਾ ਹੱਕ ਨਵਾਜ ਕਹਿੰਦੇ ਆ ਇਹ ਰਾਣੇ ਸਲਮਾਨ ਦੀ ਕਬੱਡੀ ਆ ਨੰਬਰ ਜਾ ਫੜਨ ਦੇ ਖਾਤੇ ਆਜੀ ਆ ਨੰਬਰ ਜਾ ਫੜਨ ਦੇ ਖਾਤੇ ਹਾਂਜੀ ਅਗਲੀ ਕਬੱਡੀ ਫੇਰ ਮੇਰੇ ਵੀਰੋ 17 ਤਰੀਕ ਨੂੰ ਦੱਸਦਾ ਚੱਲਾਂ 272 ਚ ਬੜਾ ਤਗੜਾ ਮੈਚ ਹੈ ਆਜ਼ਾਦ ਕਬੱਡੀ ਕਲੱਬ ਜਿਹਦੀ ਕਪਤਾਨੀ ਮੁਜ਼ੰਮਲ ਬੋਟਾ ਕਰੇਗਾ ਮੇਰੇ ਵੀਰੋ ਇਹ ਲਾਲਾ ਤਨਵੀਰ ਕੰਬੋ ਵੀ ਇਹ ਖੇਡ ਮੈਦਾਨ ਵਿੱਚ ਪੁੱਜਾ ਹੈ ਲੋ ਜੀ ਬਹੁਤ ਬਹੁਤ ਧੰਨਵਾਦ ਹੈ ਇਹ 17 ਦਾ ਘਰਾਨਾ ਇਹ ਲਾਲਾ ਤਨਵੀਰ ਕੰਬੋ ਜੀ ਅਗਲੀ ਕਬੱਡੀ ਫਿਰ ਮੇਰੇ ਵੀਰੋ ਕਬੱਡੀ ਦੇ ਉੱਪਰ ਸਾਹਮਣੇ ਹੈ ਸ਼ਾਹਦ ਮੱਖਣ ਲਾਵੀ ਜੱਟਾਂ ਦਾ ਮੁੰਡਾ ਬੱਲੇ 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 ਕਬੱਡਰ ਦੇ ਖਾਤੇ ਦੁਨੀਆ ਨੱਚਣੇ ਲਾ ਦਿੱਤੀ ਹੈ ਵਾਹ ਸੋਹਣਿਆ ਦੁਨੀਆ ਨੱਚਣੇ ਲਾ ਦਿੱਤੀ ਹੈ ਦੁਨੀਆ ਨੱਚਣੇ ਲਾਈ ਹੈ ਮੇਲਾ ਲੁੱਟਿਆ ਹੈ ਅਗਲੀ ਕਬੱਡੀ ਫੇਰ ਹਾਂ ਇੱਧਰ ਨਾਮ ਹੋਣੇ ਚਾਹੀਦੇ ਆ ਜਿੱਡੀ ਸੋਹਣੀ ਕਬੱਡੀ ਇਸ ਮੁੰਡੇ ਨੇ ਮਾਰੀ ਆ ਅਰਸ਼ਾਦ ਗੁੱਜਰ ਸਾਹਿਬ ਤੁਰ ਗਏ ਆ ਜਿੱਥੇ ਮਨ ਨਾਲ ਨਾਮ ਲੈ ਦੇਣਾ ਸੀ ਮੈਂ ਲੈ ਜੀ ਦੋਵੇਂ ਪਾਸੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਓ ਯਾਰ ਬਹੁਤ ਬਹੁਤ ਮਿਹਰਬਾਨੀ ਹਾਂਜੀ ਉਹ ਬਿਲਾਲ ਕਮਾਂਡੋ ਕੋ ਨਾਮ ਫੜ ਲੈ ਬਈ
ਆ ਜਾ ਬਲਾਲ ਕਮਾਂਡੋ ਕੋ ਨਾਮ ਫੜ ਲੈ ਤੇ ਇਹ ਪੈਸੇ ਖਰਚੇ ਕੋਈ ਨਾ, ਬਲਾਲ ਕਮਾਂਡੋ ਵਾਲੇ ਪੈਸੇ ਖਰਚੀ ਨਾ, ਇਹ ਬੜੇ ਭਾਗਾਂ ਵਾਲੇ ਪੈਸੇ ਹੈ। ਸੈਫ ਲੰਬਣ ਬਲਾਲ ਕਾਉਣ ਦੇ ਵਿੱਚ ਆ ਜਾਓ, ਬਹੁਤ ਮਿਹਰਬਾਨੀ ਭਾਈ ਵਿਕਾਸ ਗਿੱਲ ਸਾਹਿਬ, ਉਹਨਾਂ ਦਾ ਵੀ ਬੜੀ ਭਾਈ ਤੋੜ ਹੈ, ਬੜਾ ਪਿਆਰ ਹੈ ਇਸ ਟੂਰਨਾਮੈਂਟ ਵਾਸਤੇ, ਕਾਬਿਸ਼ ਹੈ ਜਨਾਬ ਜਿਹੜੇ। ਹਾਂਜੀ ਸਰ ਰਿਆਜ਼ ਸਾਹਿਬ 75 ਵਾਲੇ ਉਹ ਵੀ ਪੁੱਜੇ ਹੋਏ ਆ ਸਰ ਜੀ, ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਬਲਾਲ ਕਮਾਂਡੋ ਵਰਗਾ ਹੀਰਾ ਤਰਾਸ਼ਿਆ, ਤਰਾਸ਼ ਕੇ ਹੀਰਾ ਬਣਾਇਆ। ਸੈਫ ਲੰਬੜ ਵੀ ਹੈ, ਅਗਲੀ ਕਬੱਡੀ ਹੋਰ ਮੇਰੇ ਵੀਰੋ, ਚੱਲ ਵੀ ਬੜੀ ਸੋਹਣੀ ਕਟਿੰਗ ਕਰਾਈ ਹੈ, ਕਬੱਡੀ ਦਾ ਯੋ ਯੋ ਹਨੀ ਸਿੰਘ ਬਣਿਆ ਹੋਇਆ ਨੌਜਵਾਨ, ਚੱਲ ਵੀ ਸੁਣਿਆ ਪਾ ਕਬੱਡੀ ਉਹ ਛੱਡ ਕੇ ਆ ਮੋਰੇ ਇੱਕ ਵਾਰੀ ਪਤਾ ਲੱਗ ਜੀ, ਆ ਬੱਲੇ 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 ਨੰਬਰ ਜਾ ਫੈਣ ਦੇ ਖਾਤੇ ਆ ਕਹਿੰਦੇ ਸੁਣਿਆ। ਹਾਂਜੀ ਨੰਬਰ, ਹਾਂਜੀ ਇਕਦਾਮ ਤਸੀਰ ਹੋ ਗਿਆ, ਲਾਈਨ ਨੰਬਰ ਦੱਸ ਦਿੱਤੀ ਹੋ ਗਿਆ, ਜੇਤੂ ਟੀਮ ਹੋ ਗਈ ਆ ਜੀ ਇਹ 50 ਦੱਸਦੇ ਘੁੰਮਣ ਕਬੱਡੀ ਖਿਲਾਫ ਮਿਲ ਮਿਲੋ। ਅਗਲੀਆਂ ਟੀਮਾਂ ਵਾਲਾ ਗਰਾਊਂਡ ਦੇ ਵਿੱਚ ਆ ਜਾਓ, ਲੈ ਜੀ 47 ਨੰਬਰ 50 ਦੱਸਦੇ ਘੁੰਮਣ ਕਬੱਡੀ ਕਲੱਬ ਭਾਈ ਮਨੋਵਰ ਜੱਟ ਸਾਹਿਬ ਮਾਰਕਾ ਹੋਣ ਜੀ, ਤੇ 24 ਨੰਬਰ ਆ ਜੀ ਇਹ ਭਾਈ ਧੁੱਟ ਸਾਡੇ 223 ਦੇ ਸਿੰਦਾਬਾਦ ਜੀ ਹਾਲੋ।